ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂਮੋਹ ਤੇ ਕਾਫੀ ਬੱਚਿਆਂ ਦੇ ਸਵਾਲ ਆ ਰਹੇ ਨੇ ਕਿ ਸਰ ਜਿਹੜਾ ਫੋਰੈਸਟ ਗਾਰਡ ਦਾ ਐਗਜ਼ਾਮ ਹੋਵੇਗਾ ਉਸ ਦੀ ਡੇਟ ਕਦੋਂ ਹੋਵੇਗੀ ਮਤਲਬ ਕਿ ਐਗਜ਼ਾਮ ਡੇਟ ਕਦੋਂ ਹੋਵੇਗੀ ਸਿੰਪਲ ਜੀ ਗੱਲ ਹੈ ਤੇ ਕਾਫੀ ਬੱਚੇ ਪੁੱਛ ਰਹੇ ਨੇ ਕਿ ਸਰ ਐਗਜ਼ਾਮ ਕਿਵੇਂ ਹੋਵੇਗਾ ਕਿਉਂਕਿ ਉਹ ਫ੍ਰੈਸ਼ਰ ਨੇ ਉਹਨਾਂ ਨੇ ਹਲੇ ਤੱਕ ਕੋਈ ਵੀ ਐਗਜ਼ਾਮ ਨਹੀਂ ਦਿੱਤਾ ਤੇ ਕਾਫੀ ਬੱਚੇ ਪੁੱਛ ਰਹੇ ਨੇ ਕਿ ਸਰ 네ਗੇਟਿਵ ਮਾਰਕਿੰਗ ਹੋਵੇਗੀ ਜਾਂ ਨਹੀਂ ਦੇਖੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਆਪਾਂ ਜਿਹੜੀ ਕਿ ਐਗਜ਼ਾਮ ਡੇਟ ਦੀ ਗੱਲ ਕਰੀ ਇਹ ਸਪਟੈਂਬਰ ਦੇ ਟੋਡੇ ਫਸਟ ਵੀਕ ਵਿੱਚ ਅਨਾਉਂਸ ਹੋ ਜਾਵੇਗੀ ਮਤਲਬ ਕਿ ਡ ਤਾਂ ਆਪਣੇ ਕੋਲੇ ਪੂਰਾ ਇੱਕ ਮੰਥ ਮੰਨ ਕੇ ਚੱਲੋ ਇੱਕ ਮਹੀਨਾ ਹੈ ਗਿਆ ਹੈ ਤੇ ਸੈਪਟੈਂਬਰ ਦਾ ਜਿਹੜਾ ਪਹਿਲਾ ਵੀਕ ਹੈ ਪਹਿਲਾ ਹਫਤਾ ਹੈ ਉਸ ਵਿੱਚ ਤੁਹਾਡਾ ਐਗਜ਼ਾਮ ਕੰਡਕਟ ਹੋ ਜਾਵੇਗਾ ਇਹ ਗੱਲ ਸ਼ੋਰ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਕਰੀਏ ਪੇਪਰ ਕਿਵੇਂ ਹੋਵੇਗਾ ਇੱਥੇ ਸਾਫ ਸਾਫ ਮੈਂਸ਼ਨ ਹੈ ਓ ਐਮ ਆਰ ਸ਼ੀਟ ਵੇਸਟ ਹੋਵੇਗਾ ਕਾਫੀ ਬੱਚੇ ਕਹਿ ਰਹੇ ਨੇ ਕਿ ਸੀ ਵੀਟੀ ਹੋਵੇਗਾ ਮਤਲਬ ਕੰਪਿਊਟਰ ਟੈਸਟ ਕੰਪਿਊਟਰ ਵੇਸਟ ਹੋਵੇਗਾ ਬਟ ਇੱਥੇ ਦੇਖ ਸਕਦੇ ਹੋ ਤੁਸੀਂ ਸਾਫ ਸਾਫ ਮੈਂਸ਼ਨ ਹੈ ਓ ਐਮ ਆਰ ਸ਼ੀਟ ਵੇਸਟ ਹੋਵੇਗਾ ਤੇ ਇਸ ਵਿੱਚ ਕੀ ਹੋਵੇਗੀ 네ਗੇਟਿਵ ਮਾਰਕਿੰਗ ਵੀ ਹੋਵੇਗੀ ਕਿੰਨੀ ਹੋਵੇਗੀ 1/4 ਜਿਹੜੀ 네ਗੇਟਿਵ ਮਾਰਕਿੰਗ ਹੋਵੇਗੀ ਇਸ ਦਾ ਮਤਲਬ ਕੀ ਹੈ ਦੋਸਤੋ ਜੇ ਤੁਹਾਡੇ 4 ਸਵਾਲ ਗਲਤ ਹੈ ਤਾਂ 1 ਨੰਬਰ ਰਿਡਿਊਸ ਹੋ ਜਾਏਗਾ ਜਿੰਨੇ ਟੋਟਲ ਨੰਬਰਾਂ ਵਿੱਚੋਂ 1 ਨੰਬਰ ਕੱਟਿਆ ਜਾਵੇਗਾ ਠੀਕ ਹੈ ਹੁਣ ਆਪਾਂ ਗੱਲ ਕਰ ਲਈਨੇ OMR ਸ਼ੀਟ ਜਿਹਨੇ ਫਰੈਸ਼ਰ ਨੇ ਕੈਂਡੀਡੇਟ ਜਿਨ੍ਹਾਂ ਨੇ ਪਹਿਲੀ ਵਾਰ ਐਗਜ਼ਾਮ ਦੇਣਾ ਹੈ ਉਹ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਐਂਡ ਸਮਝ ਲਓ ਕਿ OMR ਸ਼ੀਟ ਤੇ ਐਗਜ਼ਾਮ ਕਿਵੇਂ ਹੁੰਦਾ ਦੇਖੋ ਇਸ ਤਰ੍ਹਾਂ ਦੀ OMR ਸ਼ੀਟ ਦਿੱਤੀ ਜਾਵੇਗੀ ਤੁਹਾਨੂੰ ਇੱਕ ਇਸ ਤੋਂ ਇਲਾਵਾ ਕੁਐਸਚਨ ਪੇਪਰ ਹੋਵੇਗਾ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਣਾ ਰੋਲ ਨੰਬਰ ਜੋ ਵੀ ਹੋਵੇਗਾ ਇੱਥੇ ਫਿਲ ਕਰਨਾ ਤੁਸੀ ਤੇ ਟੈਸਟ ਆਈਡੀ ਜਿਹੜੀ ਕਿ ਆਪਣੀ ਕੁਐਸਚਨ ਪੇਪਰ ਤੇ ਹੋਵੇਗੀ ਆਈਡੀ ਇੱਕ ਉਹ ਇੱਥੇ ਫਿਲ ਕਰਨੀ ਆ ਹੁਣ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਤੁਹਾਡਾ ਰੋਲ ਨੰਬਰ ਹੈ 2468 ਠੀਕ ਹੈ ਦੋ ਦੋ ਦੇ ਗੈਪ 'ਚ ਹੈ 246 ਹਟ ਤੇ ਇੱਥੇ ਦੋ ਤੁਸੀਂ ਫਿਲ ਕੀਤਾ ਰੋਲ ਨੰਬਰ 'ਚ ਸਭ ਤੋਂ ਉੱਪਰ ਉਸ ਤੋਂ ਬਾਅਦ ਨੀਚੇ ਵੀ ਆਪਾਂ ਇੱਥੇ ਸੈਗਨ ਲਾਈਨ ਵਿੱਚ ਦੋ ਇੱਥੇ ਕਵਰ ਅਪ ਕਰ ਦਾਂਗੇ ਸਰਕਲ ਨੂੰ ਬਿਲਕੁਲ ਹੀ ਕਵਰ ਅਪ ਕਰ ਦਾਂਗੇ ਠੀਕ ਹੈ ਇਸ ਤੋਂ ਬਾਅਦ ਰੋ ਨੰਬਰ ਵਿੱਚ ਤੁਹਾਡੇ 4 ਆਉਂਦਾ ਹੈ ਤਾਂ ਨੀਚੇ ਆਪਾਂ 4 ਨੂੰ ਕਵਰ ਅਪ ਕਰ ਦਾਂਗੇ ਠੀਕ ਹੈ ਇੱਥੇ ਕਨਫਿਊਜ਼ਨ ਨਾ ਕਰੋ ਕਿਉਂਕਿ ਸਰਕਲ ਕਰਨ ਵਿੱਚ ਕਾਫੀ ਬੱਚੇ ਗਲਤੀ ਕਰ ਦਿੰਦੇ ਨੇ ਤੇ ਇਗਜ਼ਾਮ ਉਹਨਾਂ ਦਾ ਰਿਜੈਕਟ ਹੋ ਜਾਂਦਾ ਹੈ ਇਹ ਯਾਦ ਰੱਖੋ ਕਿ ਜਿਹੜਾ ਵੀ ਕਾਲਮ ਵਿੱਚ ਆਪਾਂ ਲੈਟ ਇੱਥੇ ਆਪਣਾ ਅੱਖਰ ਫਿਲ ਕੀਤਾ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਇਹ ਸਾਫ ਕਾਲਮ ਦੇਖ ਲਓ ਤੁਸੀਂ ਇਸ ਵਿੱਚ 5 ਆਉਂਦਾ ਤੁਹਾਡੇ ਰੋਲ ਨੰਬਰ ਦੇ ਐਂਡ ਦੇ ਠੀਕ ਹੈ ਤਾਂ ਇੱਥੇ ਵੀ ਆਪਾਂ نیچے ਦੇਖ ਕੇ ਪੰਜ ਪੂਰਾ ਸਰਕਲ ਕਰਨਾ ਹੋਵੇਗਾ ਠੀਕ ਹੈ ਇਸੇ ਤਰ੍ਹਾਂ ਇੱਧਰ ਸਰਕਲ ਕਰਨੇ ਹੋਣਗੇ ਹੁਣ ਮੇਨ ਗੱਲ ਕੀ ਹੁੰਦੀ ਹੈ ਪਹਿਲਾ ਕੁਐਸਚਨ ਹੋਵੇਗਾ ਕੁਐਸਚਨ ਪੇਪਰ ਵਿੱਚ ਦੇਖਣਾ ਤੁਸੀਂ ਰੀਡ ਕਰਨਾ ਤੁਹਾਨੂੰ ਸਵਾਲ ਦਾ ਜਵਾਬ ਪਤਾ ਹੈ ਤਾਂ ਏਸੇ ਆਪਣਾ ਪਹਿਲਾ ਕੁਐਸਚਨ ਨੰਬਰ 1 ਠੀਕ ਹੈ ਹੁਣ ਚਾਰ ਆਪਸ਼ਨ ਦਿੱਤੇ ਨੇ ਆਪਾਂ ਨੂੰ ਇੱਕ ਸਵਾਲ ਵਿੱਚ ਠੀਕ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਉਹਨਾਂ ਵਿੱਚ ਤੁਹਾਨੂੰ ਪਤਾ ਹੈ ਕਿ ਏ ਸਹੀ ਹੈ ਜਾਂ ਬੀ ਸਹੀ ਹੈ ਜਾਂ ਸੀ ਸਹੀ ਹੈ ਜਾਂ ਡੀ ਸਹੀ ਹੈ ਠੀਕ ਹੈ ਕੁਣ ਐਗਜ਼ਾਮਪਲ ਦੇ ਤੌਰ ਤੇ ਇੱਕ ਕੁਐਸਚਨ ਹੈ ਉਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਬੀ ਬੀ ਰਾਈਟ ਆਨਸਰ ਹੈ ਠੀਕ ਹੈ ਤਾਂ ਪਹਿਲੇ ਕੁਐਸਚਨ ਇਹ ਨੰਬਰ 1 ਦਾ ਕੁਐਸਚਨ ਹੋਊਗਾ ਇਸ ਵਿੱਚ ਆਪਾਂ ਬੀ ਨੂੰ ਮਾਰਕ ਕਰ ਦਾਂਗੇ ਇਸ ਤਰ੍ਹਾਂ ਬਿਲਕੁਲ ਹੀ ਕਵਰ ਕਰ ਦਾਂਗੇ ਇਸ ਤਰ੍ਹਾਂ ਇਹ ਤੁਹਾਡਾ ਮਤਲਬ ਕਿ ਸਿਲੈਕਟ ਹੋ ਜਾਂਦਾ ਆਨਸਰ ਮਤਲਬ ਇਹ ਕੁਐਸਚਨ ਤੁਹਾਡਾ ਕੰਪਲੀਟ ਹੋ ਜਾਂਦਾ ਹੁਣ ਸੈਕੰਡ ਪੜਾਂਗੇ ਆਪਾਂ ਕੁਐਸਚਨ ਪੇਪਰ ਵਿੱਚ ਜਿਹੜਾ ਵੀ ਕੁਐਸਚਨ ਹੋਵੇਗਾ ਉਸ ਦਾ ਆਨਸਰ ਮੰਨ ਲਓ ਕਿ ਡੀ ਰਾਈਟ ਆਨਸਰ ਹੈ ਤਾਂ ਉਥੋਂ ਪੜ ਕੇ ਆਪਾਂ ਇਸ ਓਮਰ ਸ਼ੀਟ ਵਿੱਚ ਜਿਹੜਾ ਵੀ ਰਾਈਟ ਆਨਸਰ ਹੋਵੇਗਾ ਉਹ ਸਰਕਲ ਕਰਨਾ ਹੋਵੇਗਾ ਠੀਕ ਹੈ ਇਸ ਤਰ੍ਹਾਂ ਡੀ ਹੈ ਤਾਂ ਇਸ ਦਾ ਡੀ ਸਰਕਲ ਕਰ ਦਾਂਗੇ ਇਸੇ ਤਰ੍ਹਾਂ ਕੁਐਸਚਨ ਨੰਬਰ 3 ਆ ਗਿਆ ਇਸ ਤੋਂ ਬਾਅਦ ਇਸ ਤੋਂ ਬਾਅਦ ਕੁਐਸਚਨ ਆਪ 4 ਤੇ 5 ਇਸੇ ਤਰ੍ਹਾਂ ਕੁਐਸਚਨ ਨੰਬਰ 22 ਸਾਰੇ ਕੁਐਸਚਨ ਦੇ ਜਿਹੜੇ ਆਪਸ਼ਨ ਆ ਉਹ ਆਪਾਂ ਸਰਕਲ ਕਰ ਦੇਣਾ ਮੰਗੇ ਐਗਜ਼ੈਂਪਲ ਦੇ ਤੌਰ ਤੇ ਕੁਐਸਚਨ ਨੰਬਰ 4 ਦਾ ਜਿਹੜਾ ਰਾਈਟ ਆਨਸਰ ਹੈ ਉਹ ਡੀ ਹੈ ਤੇ ਇੱਥੇ ਆਪਾਂ ਸਰਕਲ ਕਰ ਦਾਂਗੇ ਠੀਕ ਹੈ ਇਹ ਪ੍ਰੋਸੈਸ ਹੁੰਦਾ ਸਿੰਪਲ ਜਿਹਾ ਪ੍ਰੋਸੈਸ ਹੈ ਬਟ ਫਿਰ ਵੀ ਕਾਫੀ ਬੱਚੇ ਕਾਫੀ ਗਲਤੀਆਂ ਕਰ ਦਿੰਦੇ ਨੇ ਤੇ ਉਹਨਾਂ ਦਾ ਪੇਪਰ ਜਿਹੜਾ ਰੱਦ ਹੋ ਜਾਂਦਾ ਤੇ ਇਹ ਗਲਤੀ ਨਾ ਕਰੋ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਕਿਵੇਂ ਸਾਰਾ ਸਿਸਟਮ ਕਰਨਾ ਹੁੰਦਾ ਹੈ ਬਾਕੀ ਤੁਹਾਨੂੰ ਜਦੋਂ ਐਗਜ਼ਾਮ ਵਿੱਚ ਇੰਟਰ ਹੋਵੋਗੇ ਤਾਂ ਇੱਕ ਟੀਚਰ ਹੋਵੇ ਸਾਹਮਣੇ ਉਹ ਪੂਰਾ ਸਮਝਾਵੇਗਾ ਵੀ ਧਿਆਨ ਨਾਲ ਉਸ ਚੀਜ਼ ਨੂੰ ਸਮਝਿਓ ਅਤੇ ਫਿਰ ਇਸ ਸਾਰੇ ਪ੍ਰੋਸੈਸ ਨੂੰ ਫਿਲ ਅਪ ਕਰੋ ਠੀਕ ਹੈ